सब्सक्राइब कीजिए दीप्स फूड चैनल को और बेल आइकन को दबाइए हमारी लेटेस्ट वीडियो सबसे पहले देखने के लिए। सत श्री अकाल जी, स्वागत है ताडा मेरे चैनल दीप्स फूड विच। अज असीं बनाउण जा रहे हां गुड़ वाले चावल। इस नूं जो बनाउण दी विधि है बिल्कुल आसान विधि है, जिस तरीके नाल साडे घर विच चावल बनाए जांदे आ ਉਹ ਅੱਜ ਤਰੀਕਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਲਿਆਇਆ ਇੱਕ ਗਲਾਸ ਚਾਵਲਾਂ ਦਾ, ਅਤੇ ਦੇਖ ਸਕਦੇ ਹੋ ਜਿਸ ਗਲਾਸ ਦੇ ਨਾਲ ਅਸੀਂ ਚਾਵਲ ਮਿਣੇ ਸੀ ਉਸੇ ਗਲਾਸ ਦੇ ਨਾਲ ਅਸੀਂ ਦੋ ਗਲਾਸ ਪਾਣੀ ਤੇ ਪਾਵਾਂਗੇ ਇੱਕ ਗਲਾਸ ਚਾਵਲਾਂ ਦੇ ਵਿੱਚ, ਅਤੇ ਇਸ ਨੂੰ ਗੈਸ 'ਤੇ ਰੱਖ ਦਾਂਗੇ, ਥੋੜ੍ਹਾ ਗਰਮ ਕਰਾਂਗੇ ਇਸ ਪਾਣੀ ਨੂੰ। ਚਾਵਲ ਬਣਾ ਲਈ ਅਸੀਂ ਦੋ ਪੇਸੀਆਂ ਗੁੜ ਦੀਆਂ ਲਈਆਂ ਆ, ਇਸ ਨੂੰ ਬੱਠਲ ਦੇ ਵਿੱਚ ਜਾਂ ਕੁੰਡੀ ਵਗੈਰਾ 'ਚ ਕੁੱਟ ਲਿਆ ਅਸੀਂ, ਕੁੱਟ ਇਸ ਨੂੰ ਕੁੱਟ ਕੇ ਹੀ ਪਾਉਣਾ ਆ ਵਿੱਚ ਗਰਮ ਪਾਣੀ ਦੇ ਵਿੱਚ, ਜੋ ਸਾਡਾ ਪਾਣੀ ਗਰਮ ਹੋਇਆ ਆ ਉਹਦੇ ਵਿੱਚ ਪਾਉਣੇ ਨੇ ਇਹ ਕੁੱਟ ਕੇ। ਹੁਣ ਅਸੀਂ ਇਸ ਗਰਮ ਪਾਣੀ ਦੇ ਵਿੱਚ ਕੁੱਟਿਆ ਹੋਇਆ ਗੁੜ ਪਾ ਦਾਂਗੇ ਦੋ ਪੇਸੀਆਂ, ਇਸ ਨੂੰ ਪਾ ਕੇ ਥੋੜ੍ਹਾ ਹਿਲਾਉਣਾ ਆ ਅਤੇ ਇੱਕ ਦੋ ਮਿੰਟ ਦੇ ਲਈ ਇਸ ਨੂੰ ਛੱਡ ਦੇਣਾ ਆ ਤਾਂ ਜੋ ਗੁੜ ਪੂਰੀ ਤਰ੍ਹਾਂ ਵਿੱਚ ਮਿਕਸ ਹੋ ਜਾਵੇ, ਲਿਕੁਇਡ ਬਣ ਜਾਵੇ, ਪਾਣੀ ਬਣ ਜਾਵੇ। ਗੁੜ ਜਿਹੜਾ ਸਾਡਾ ਬਿਲਕੁਲ ਵਿੱਚ ਮਿਕਸ ਹੋ ਚੁੱਕਾ, ਪਾਣੀ ਬਣ ਚੁੱਕਾ ਹੈ। ਹੁਣ ਅਸੀਂ ਇਹਦੇ ਵਿੱਚ ਚਾਵਲ ਪਾਵਾਂਗੇ, ਚਾਵਲ ਧੋ ਕੇ ਅਸੀਂ ਇਸ ਵਿੱਚ ਬਰਤਨ 'ਚ ਰੱਖੇ ਸੀ, ਹੁਣ ਇਸ ਨੂੰ ਅਸੀਂ ਇਸ ਗੁੜ ਵਾਲੇ ਪਾਣੀ ਦੇ ਵਿੱਚ ਪਾ ਦਾਂਗੇ। ਪਾ ਕੇ ਇਸ ਨੂੰ ਥੋੜ੍ਹੀ ਜਿਹੀ ਛੇੜ ਲਗਾਉਣੀ ਆ, ਛੇੜ ਲਗਾਉਣ ਤੋਂ ਬਾਅਦ ਇਸ ਨੂੰ ਦੋ ਕੁ ਮਿੰਟ ਦੇ ਲਈ ਢੱਕ ਕੇ ਰੱਖ ਦੇਣਾ, ਸੇਕ ਲਵਾਉਣਾ ਆ। ਮੀਡੀਅਮ ਹੀਟ 'ਤੇ ਹੀ ਅਸੀਂ ਸੇਕ ਲਵਾਉਣਾ, ਉਸ ਤੋਂ ਬਾਅਦ ਸੇਕ ਲਵਾਉਣ ਤੋਂ ਬਾਅਦ ਥੋੜ੍ਹਾ ਜਿਹਾ ਤੁਸੀਂ ਦੇਖ ਸਕਦੇ ਹੋ ਗਾੜਾ ਵੀ ਹੋ ਗਿਆ ਹੈ, ਅਤੇ ਇਹਦੇ ਵਿੱਚ ਘਿਓ ਪਾਉਣਾ। ਘਿਓ ਅਸੀਂ ਪਹਿਲਾਂ ਨਹੀਂ ਪਾਉਣਾ, ਬਾਅਦ 'ਚ ਪਾਉਣਾ, ਕਿਉਂਕਿ ਉਸ ਦੇ ਨਾਲ ਫਿਰ ਕੱਚੇ ਨਹੀਂ ਰਹਿੰਦੇ ਚਾਵਲ। ਘਿਓ ਪਾ ਕੇ ਇਸ ਨੂੰ ਮਿਕਸ ਕਰ ਦੇਣਾ, ਅਤੇ ਫਿਰ ਅਸੀਂ ਇਸ ਨੂੰ 3-4 ਮਿੰਟ ਦੇ ਲਈ ਮੀਡੀਅਮ ਹੀਟ 'ਤੇ ਪਕਾਉਣਾ ਆ। ਦੇਖ ਸਕਦੇ ਹੋ ਹੀਟ ਵੀ ਮੀਡੀਅਮ ਆ, 3-4 ਮਿੰਟ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹ ਚਾਵਲ ਰੈਡੀ ਹੋ ਗਏ ਨੇ। ਥੋੜ੍ਹਾ ਬਹੁਤਾ ਇਹਦੇ ਵਿੱਚ ਜੋ ਵੀ ਪਾਣੀ ਵਗੈਰਾ ਹੈ, ਅਤੇ ਉਸ ਨੂੰ 1-2 ਮਿੰਟ ਦੇ ਲਈ ਸੇਕ ਲ ਇੱਕ ਮਿੰਟ ਸੇਕ ਲਗਵਾਓ, ਅਤੇ ਇਸ ਨੂੰ ਇਸੇ ਤਰ੍ਹਾਂ ਢੱਕ ਕੇ ਰੱਖ ਦੇਣਾ। ਸਟੀਮ ਵੀ ਥੋੜ੍ਹੀ ਮਿਲ ਜਾਏਗੀ ਇਹਨਾਂ ਨਾਲ, ਉਹਦੇ ਨਾਲ ਕਣੀ ਵਗੈਰਾ ਖਤਮ ਹੋ ਜਾਂਦੀ ਆ। ਇਸ ਪ੍ਰਕਾਰ ਬਹੁਤ ਵਧੀਆ ਚਾਵਲ ਤੁਸੀਂ ਗੁੜ ਵਾਲੇ ਗਰਮੀਆਂ ਦੇ ਵਿੱਚ, ਇਹ ਖਾਸ ਹੁੰਦੇ ਆ ਜੋ ਖਾਣੇ ਚਾਹੀਦੇ ਨੇ, ਅਤੇ ਖਾ ਸਕਦੇ ਹੋ। ਮੇਰੀ ਇਹ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ ਜਿੰਨਾ ਹੋ ਸਕਦਾ ਸ਼ੇਅਰ ਕਮੈਂਟ ਕਰਕੇ ਦੱਸਣਾ, ਅਤੇ ਚੈਨਲ ਮੇਰੇ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਹਾਂ ਕਿਸੇ ਹੋਰ ਰੈਸਪੀ ਦੀ ਵੀਡੀਓ ਵਿੱਚ, ਹੁਣ ਤੱਕ ਦੇ ਲਈ ਧੰਨਵਾਦ।